ਤੁਸੀਂ ਅਕਸਰ ਹੀ ਆਪਣੇ ਜੁੜਤਲੀ ਬੱਚਿਆਂ ਨੂੰ ਸੜਕਾਂ ਤੇ ਹੋਰ ਥਾਵਾਂ ਤੇ ਭੀਖ ਮੰਗਦੇ ਦੇਖਿਆ ਹੋਣਾ ਹੈ, ਪਰ ਤੁਹਾਨੂੰ ਇੱਕ ਅਜਿਹੀ ਘਟਨਾ ਨਾਲ ਰੂਬਰੂ ਕਰਵਾਉਣ ਲੱਗੇ ਹਾਂ ਜੋ ਕਿ ਬਹੁਤ ਹੀ ਅਜੀਬ ਹੈ। ਇਹ ਅਜੀਬ ਘਟਨਾ ਹੈ ਗਿੱਦੜਬਾਹਾ ਦੇ ਨੇੜਲੇ ਪਿੰਡ ਭਾਰੂ ਦੀ, ਜਿੱਥੋਂ ਦਾ ਇੱਕ ਵਿਦਿਆਰਥੀ ਜਿਸਦਾ ਕਿ ਨਾਂ ਅਨਮੋਲ ਸਿੰਘ ਹੈ, ਲਾਕਡਾਊਨ ਦੌਰਾਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ ਅਤੇ ਨਾਬਾਲਿਗ ਹੋਣ ਦੇ ਬਾਵਜੂਦ ਗਿੱਦੜਬਾਹਾ ਦੀਆਂ ਵੱਖ-ਵੱਖ ਦੁਕਾਨਾਂ ਤੇ ਨੌਕਰੀ ਦੀ ਤਲਾਸ਼ ਕਰਨ ਲੱਗਿਆ, ਪਰ ਕਿਸੇ ਵੀ ਦੁਕਾਨਦਾਰ ਨੇ ਨਾਬਾਲਿਗ ਹੋਣ ਕਰਕੇ ਉਸ ਨੂੰ ਨੌਕਰੀ ਤੇ ਨਹੀਂ ਰੱਖਿਆ। ਜਦੋਂ ਇਹ ਮਾਮਲਾ ਮੀਡੀਆ ਸਾਹਮਣੇ ਆਇਆ ਤਾਂ ਪੱਤਰਕਾਰ ਵੀਰਾਂ ਅਤੇ ਹੋਰ ਸਮਾਜ ਸੇਵੀ ਵੀਰਾਂ ਨੇ ਮਿਲ ਕੇ ਇਸ ਨੌਜਵਾਨ ਦੀ ਮੋਬਾਈਲ ਦੇ ਕੇ ਮਦਦ ਕੀਤੀ ਅਤੇ ਇਹਨਾਂ ਦੇ ਇਸ ਸ਼ਲਾਘਾਯੋਗ ਕਦਮ ਦੀ ਚਾਰੋਂ ਪਾਸੇ ਚਰਚਾ ਹੋ ਰਹੀ ਹੈ, ਜਿਸ ਨਾਲ ਇਸ ਗਰੀਬ ਪਰਿਵਾਰ ਦੇ ਤਿੰਨੋਂ ਬੱਚੇ ਆਪਣੀ ਆਨਲਾਈਨ ਪੜ੍ਹਾਈ ਕਰ ਸਕਣਗੇ। ਪਰਿਵਾਰਕ ਮੈਂਬਰਾਂ ਵੱਲੋਂ ਵੀ ਸਮਾਜ ਸੇਵੀ ਅਤੇ ਹੋਰ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਯੋਧਾ ਢਿੱਲੋਂ ਜੀ, ਮੇਰਾ ਪਿੰਡ ਆ ਦੋਦਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ। ਮੈਂ ਬਾਈ ਜੀ ਕੁਛ ਦਿਨ ਪਹਿਲਾਂ ਆਪਣਾ ਗਿੱਦੜਬਾਹਾ ਵਿਖੇ ਇੱਥੇ ਆਇਆ ਸੀ ਆਪਣੇ ਨਿੱਜੀ ਕੰਮ 'ਤੇ, ਅਤੇ ਇੱਥੇ ਇੱਕ ਮੁੰਡਾ ਮੈਨੂੰ ਦੁਕਾਨਾਂ 'ਤੇ ਜਾ ਰਿਹਾ ਸੀ, ਕਦੇ ਇੱਥੇ ਕਦੇ ਇੱਥੇ, ਹੈ ਨਾ। ਮੈਨੂੰ ਦੇਖਿਆ ਜਦੋਂ ਮੈਂ ਵੀ ਉਹ ਮੁੰਡਾ ਹੋਰ ਕੋਈ ਪੈਸੇ ਦੀ ਜਾਂ ਕਿੱਦਾਂ ਦੀ ਕੋਈ ਵੀ ਨਹੀਂ, ਉੱਦਾਂ ਉਹ ਨੌਕਰੀ ਦੀ ਤਲਾਸ਼ 'ਚ ਸੀਗਾ, ਕਿਉਂਕਿ ਮੁੰਡਾ ਉਹ ਮੈਂ ਰੋਕਿਆ ਉਹਦੇ ਕੋਲ ਗਿਆ, ਉਹ ਕਹਿੰਦਾ ਬਾਈ ਜੀ, ਕਹਿੰਦਾ ਵੀ ਮੈਂ ਪੜ੍ਹਨ ਦਾ ਬਹੁਤ ਜਿੱਦਾਂ ਸ਼ੌਕੀਨ ਆ, ਬਹੁਤ ਇੰਟੈਲੀਜੈਂਟ ਮੁੰਡਾ ਸੀ, ਮੈਂ ਗੱਲਾਂ ਬਾਤਾਂ ਵੀ ਕੀਤੀਆਂ, ਹੈ ਨਾ। ਅਤੇ ਉਹ ਕਹਿੰਦਾ ਵੀ ਮੇਰੀ, ਕਹਿੰਦਾ ਘਰ 'ਚ ਜਿੱਦਾਂ ਅਸੀਂ ਤਿੰਨ ਭੈਣ ਭਰਾ, ਅਤੇ ਕਹਿੰਦਾ ਕਹਿੰਦਾ ਮਤਲਬ ਵੀ ਮੇਰੇ ਮਾਂ ਬਾਪ ਘਰੋਂ ਗਰੀਬ ਆ, ਅਤੇ ਅਸੀਂ ਮੋਬਾਈਲ ਲੈਣ ਦੇ ਯੋਗ ਨਹੀਂ ਗਾ, ਸਿਰਫ ਮੈਨੂੰ ਮੋਬਾਈਲ ਚਾਹੀਦਾ, ਕੋਈ ਪੈਸਾ ਨਹੀਂ ਚਾਹੀਦਾ, ਕੋਈ ਅਦਰਵਾਈਜ਼ ਹੋਰ ਕੋਈ ਚੀਜ਼ ਨਹੀਂ ਉਹਨੇ ਮੰਗ ਰੱਖੀ, ਹੈ ਨਾ। ਕਹਿੰਦਾ ਮੈਂ ਪੜ੍ਹਨਾ ਚਾਹੁੰਦਾ, ਮੇਰੇ ਨਾਲ ਭੈਣਾਂ ਵੀ ਬਹੁਤ ਇੰਟੈਲੀਜੈਂਟ ਆ ਅਤੇ ਮੈਂ ਵੀ। ਮੈਨੂੰ ਲੱਗਿਆ ਜਿੱਥੋਂ ਤੱਕ ਯਾਰ ਮੁੰਡੇ ਦੇ, ਹੈ ਨਾ, ਜਿੱਦਾਂ ਅੰਦਰੋਂ ਦਿਲੋਂ ਉਹਨੇ ਗੱਲਾਂ ਆਖੀਆਂ, ਅਤੇ ਮੈਨੂੰ ਲੱਗਿਆ ਵੀ ਹਾਂ ਯਾਰ ਇਹਦੀ ਮਦਦ ਜ਼ਰੂਰ ਬੰਦੇ ਦੀ ਕਰਨੀ ਚਾਹੀਦੀ ਆ। ਅਤੇ ਮੈਂ ਦੇਖ ਕੇ ਨਿਊਜ਼ 'ਤੇ, ਹੈ ਨਾ, ਬਾਅਦ 'ਚ ਵੀ ਹੋਰ ਵੀ, ਅਤੇ ਇਸ ਤੋਂ ਬਾਅਦ ਮੈਂ ਫਿਰ ਆਪਣਾ ਮੁੰਡਾ ਮੇਰੇ ਨਾਲ ਹਰਮੇਲ ਫੌਜੀ ਕੌਣੀ ਤੋਂ ਇਹਨਾਂ ਮੈਂ ਗੱਲਬਾਤ ਕੀਤੀ ਰਾਤੀ, ਅਤੇ ਅਸੀਂ ਅੱਜ ਮੋਰਨਿੰਗ ਨਵਾਂ ਫੋਨ ਲੈ ਕੇ ਓਪੋ ਦਾ ਬਾਈ ਜੀ, ਅਤੇ ਮੈਂ ਵੀਰ ਨੂੰ ਦੇ ਕੇ ਚੱਲਿਆ ਵੀ ਚਲੋ ਇਹਦਾ ਮਾਣ ਖੁਸ਼ ਆ, ਅਤੇ ਇਹਦੀ ਸਿਸਟਰ ਵੀ, ਹੈ ਨਾ, ਦੋ ਸਿਸਟਰਾਂ ਇੱਕ ਬ੍ਰਦਰ ਆ ਇਹ, ਅਤੇ ਚਲੋ ਪੜ੍ਹਨਗੇ, ਹੈ ਨਾ, ਦਿਲ ਖੁਸ਼ ਹੋਊ ਇਹਨਾਂ ਦਾ। ਅਤੇ ਸਿਰਫ ਇਹਦੀ ਮੰਗ ਸੀਗੀ ਫੋਨ ਦੀ, ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਬਾਈ ਜੀ ਵੀ ਜਿੱਦਾਂ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਦਿਲ ਲਾ ਕੇ ਪੜ੍ਹਾਈ ਕਰੇ, ਅਤੇ ਹੋਰ ਵੀ ਸੰਸਥਾ ਨੂੰ ਜਾਂ ਕੋਈ ਹੋਰ ਵੀ ਵੀਰ ਆ, ਹੈ ਨਾ, ਉਹਨਾਂ ਨੂੰ ਮੈਂ ਮੰਗ ਕਰਦਾ ਵੀ ਇੱਦਾਂ ਦੇ ਬੱਚਿਆਂ ਨੂੰ ਅੱਗੇ ਲਿਆਇਆ ਜਾਵੇ, ਉਹਨਾਂ ਦੀ ਜਿੱਦਾਂ ਵੀ ਉਹਨਾਂ ਦਾ ਦਿਲ ਚਾਹੁੰਦਾ, ਹੈ ਨਾ, ਜਿੱਦਾਂ ਇਹਨੂੰ ਮੋਬਾਈਲ ਦੀ ਸੀਗੀ ਵੀ ਮੈਂ ਪੜ੍ਹਨਾ ਚਾਹੁੰਦਾ, ਹੈ ਨਾ, ਅਤੇ ਮੋਬਾਈਲ ਲੈ ਕੇ ਜਾਵੇ, ਹੋਰ ਵੀ ਜਿਹੜੀ ਚੀਜ਼ ਦੀ ਲੋੜ ਆ ਅਤੇ ਉਹ ਲੈ ਕੇ ਦਿੱਤਾ ਜਾਵੇ। ਇਸੇ ਤਰ੍ਹਾਂ ਆਪਣੇ ਸਮਾਜ ਦੇ ਵਿੱਚੋਂ ਇੱਕ ਤਾਂ ਮਦਦ ਹੋ ਜਾਂਦੀ ਹੈ, ਇੱਕ ਹੌਲੀ ਹੌਲੀ ਟਾਈਮ ਟੂ ਟਾਈਮ ਜਿਵੇਂ ਨਿਊ ਜਨਰੇਸ਼ਨ ਆਏ ਅੱਗੇ ਆਊਗੀ, ਅਤੇ ਗਰੀਬੀ ਵੀ ਚੱਕੀ ਜਾ ਸਕਦੀ ਹੈ, ਹੈ ਨਾ। ਅਤੇ ਇਸੇ ਗੱਲਾਂ ਨੂੰ ਸੋਚਦੇ ਨੂੰ ਮੈਂ ਵੀਰ ਨੂੰ ਅੱਜ ਫੋਨ ਦੇ ਕੇ ਚੱਲਿਆ ਓਪੋ ਦਾ, ਅਤੇ ਮੈਂ ਕਹਿੰਦਾ ਵੀਰ ਅਤੇ ਇਹਦੀਆਂ ਭੈਣਾਂ ਅਤੇ ਅੱਗੇ ਵਧਣ ਅਤੇ ਬਹੁਤ ਤਰੱਕੀ ਕਰਨ, ਅਤੇ ਮੈਂ ਹੋਰ ਵੀ ਵੀਰਾਂ ਨੂੰ ਬਹੁਤ ਰਿਕੁਐਸਟ ਕਰਦਾ ਹੱਥ ਜੋੜ ਕੇ ਵੀ ਇੱਦਾਂ ਦੇ ਬੱਚਿਆਂ ਦੀ ਜਾਂ ਇੱਦਾਂ ਦੇ ਲੋੜਵੰਦ ਪਰਿਵਾਰਾਂ ਦੀ ਜ਼ਰੂਰ ਮਦਦ ਕਰਿਆ ਕਰੋ। ਥੈਂਕ ਯੂ ਬਾਈ ਜੀ, ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨਮੋਲ ਸਿੰਘ ਹੈ ਜੀ, ਮੈਂ ਭਾਰੂ ਪਿੰਡ ਤੋਂ ਹਾਂ ਜੀ। ਮੈਂ ਜੀ ਦੁਕਾਨ 'ਤੇ ਨੌਕਰੀ ਤਲਾਸ਼ 'ਚ ਗਿਆ ਸੀ, ਅਤੇ ਮੈਨੂੰ ਬਹੁਤ ਦੁਕਾਨਾਂ ਤੋਂ ਜੀ ਜਵਾਬ ਮਿਲਿਆ ਜੀ ਕਿ ਤੁਹਾਡੀ ਹਜੇ ਉਮਰ ਨਿੱਕੀ ਆਈ, ਅਤੇ ਮੈਂ ਆਹ ਬਾਈ ਕੋਲ ਪਹੁੰਚਿਆ ਜੀ। ਮੈਨੂੰ ਇਹਨਾਂ ਨੇ ਮੇਰੀ ਸਮੱਸਿਆ ਦਾ ਮਸਲਾ ਹੱਲ ਕੀਤਾ ਜੀ, ਪੁੱਛਿਆ ਮੈਥੋਂ ਵੀ ਕੀ ਚਾਹੀਦਾ, ਵੀ ਕਿਉਂ ਦੁਕਾਨ 'ਤੇ ਲੱਗਣਾ ਜੀ। ਮੈਂ ਆਖਿਆ ਜੀ ਮੈਨੂੰ ਫੋਨ ਚਾਹੀਦਾ ਜੀ, ਪੜ੍ਹਾਈ ਅੱਜ ਕੱਲ੍ਹ ਹੀ ਔਨਲਾਈਨ ਹੁੰਦੀ ਆ ਫੋਨ 'ਤੇ, ਅਸੀਂ ਬਹੁਤ ਗਰੀਬ ਹਾਂ ਜੀ, ਅਸੀਂ ਫੋਨ ਨਹੀਂ ਲੈ ਸਕਦੇ ਜੀ। ਮੇਰੇ ਪਿਤਾ ਜੀ ਬਿਮਾਰ ਹਨ, ਇਸ ਕਰਕੇ ਅੰਕਲ ਜੀ ਨੇ ਸਾਡੀ ਸਮੱਸਿਆ ਦਾ ਸਮਾਧਾਨ ਕੱਢਿਆ ਅਤੇ ਮੈਨੂੰ ਓਪੋ ਦਾ ਫੋਨ ਦਿੱਤਾ ਜੀ। ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਤੁਸੀਂ? ਇਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਧੰਨਵਾਦ ਜੀ, ਰੱਬ ਇਹਨਾਂ ਨੂੰ ਹੋਰ ਲੰਮੀ ਉਮਰ ਕਰੇ। ਇਸ ਮੋਬਾਈਲ ਨਾਲ ਹੁਣ ਤੁਸੀਂ ਕਿੰਨੇ ਜਾਣੇ ਪੜ੍ਹੋਗੇ? ਇਸ ਫੋਨ ਨਾਲ ਹੀ ਅਸੀਂ ਤਿੰਨ ਭੈਣ ਭਰਾ ਹੀ ਪੜ੍ਹਾਈ ਕਰ ਸਕਦੇ ਹਾਂ। ਪਹਿਲਾਂ ਕਿਸ ਤਰ੍ਹਾਂ ਦੇ ਨੰਬਰ ਆਉਂਦੇ ਸੀ ਤੁਹਾਡੇ? ਪਹਿਲਾਂ ਹੀ 77% ਨੰਬਰ ਆ ਜਾਂਦੇ ਸੀ। ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਸਾਡਾ ਬੱਚਾ ਗਿਆ ਸੀ ਜੀ ਸ਼ਹਿਰ 'ਚ ਨੌਕਰੀ ਤਲਾਸ਼ 'ਤੇ, ਬਾਈ ਜੀ ਯੋਧਾ ਸਿੰਘ ਦੋਦਾ ਜੀ ਇਹਨਾਂ ਨੂੰ ਮਿਲਿਆ, ਇਹਨਾਂ ਨੇ ਰੋਕ ਕੇ ਬੁਲਾ ਲਿਆ। ਇਹ ਪੁੱਛਣ ਲੱਗੇ ਵੀ ਕੀ ਕਰਦਾ ਤੂੰ, ਤੂੰ ਕਿਉਂ ਨੌਕਰੀ ਭਾਲਦਾ? ਮੇਰਾ ਬੱਚਾ ਦਾ ਵੀ ਮੈਨੂੰ ਮੋਬਾਈਲ ਚਾਹੀਦਾ ਜੀ, ਲੋਕਡਾਊਨ ਦਾ ਕਰਕੇ ਪੜ੍ਹਾਈ ਨਹੀਂ ਹੁੰਦੀ, ਮੋਬਾਈਲ 'ਤੇ ਪੜ੍ਹਾਈ ਹੁੰਦੀ ਹੈ।
इस करके इन्होंने जो कहा वीर जी ने ओपो का मोबाइल दे के चलिया मेरे बेटे नूं अगे पढ़न ये तरक्की करन। बाई जी का मैं बहुत शुक्र गुजार हैं, सच्चे पातशाह कृपा करेगा। चमत्कार होंदे ने, देखो अपनी अखां सामने, तीन घंटे हर परेशानी का हल पाओ। सात इलमां दे माहिर पंडित हेमराज शास्त्री जी, मेरे कीते नूं कोई कट नहीं सकदा, कट्टन वाले नूं मुंह मंगिया ही ना। परेशानी जिवें मनचाहा प्यार, पति पत्नी चनबन, काले जादू दा खात्मा, बीमारी दवा ना लगना, वशीकरण करवाओ, जिस नूं चाहे उस नूं अपने वश च करो। लाटरी नंबर पाओ भावें 649 होवे जां लोटोमैक्स। धोखेबाज प्रेमी प्रेमिका सौतन दुश्मन नूं अपनियां अखां सामने तड़फदा वेखो। पंडित हेमराज शास्त्री जी, मोबाइल नंबर 8968869352 8968915987।